ਜੈਮਸ ਕੀ ਸਾਰਿਆਂ ਨੂੰ ਤੇ ਮੈਂ ਅੱਜ ਮੇਰੇ ਪਾਪਾ ਨੇ ਮੈਨੂੰ ਵੀਡੀਓ ਦਿਖਾਈ ਸੀ ਕਿ ਤਿੰਨ ਔਰਤਾਂ ਪ੍ਰਭੂ ਯਿਸੂ ਮਸੀਹ ਜੀ ਦੇ ਖਾਸ ਲਵਜ ਹਾਲੇਲੂਯਾ ਦੀ ਬੇਇੱਜ਼ਤੀ ਕਰਦੇ ਪਏ ਸੀ, ਮਜ਼ਾਕ ਉਡਾਉਂਦੇ ਸੀ। ਤੇ ਮੈਂ ਉਹਨਾਂ ਔਰਤਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇੱਕ ਬੜਾ ਵੱਡਾ ਗੁਨਾਹ ਕੀਤਾ ਹੈ, ਇੱਕ ਪਾਪ ਕੀਤਾ ਹੈ, ਤੇ ਹੁਣੇ ਹੁਣੇ ਤੁਸੀਂ ਮਾਫ਼ੀ ਵੀ ਮੰਗ ਲਓ। ਤੁਹਾਡੇ ਕੋਲ ਟਾਈਮ ਜੇ ਤੁਸੀਂ ਮਾਫ਼ੀ ਮੰਗ ਲਓ, ਕਿਤੇ ਇੱਦਾਂ ਨਾ ਹੋਏ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਕ੍ਰੋਧ ਤੁਹਾਡੇ ਉੱਪਰ ਆ ਜਾਏ। ਮੈਂ ਮਸੀਹ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਇਹਨਾਂ ਵਾਸਤੇ ਦੁਆ ਕਰੋ ਕਿ ਕਿਤੇ ਪ੍ਰਭੂ ਯਿਸੂ ਮਸੀਹ ਜੀ ਦਾ ਕ੍ਰੋਧ ਨਾ ਇਹਨਾਂ ਉੱਪਰ ਆ ਜਾਏ। ਤੁਸੀਂ ਸਾਰੇ ਜਣੇ ਜਾਣਦੇ ਹੋ, ਜਿੱਦਾਂ ਭਾਰਤੀ ਸਿੰਘ ਹੈ ਇੱਕ, ਅਤੇ ਫਰਾ ਖਾਨ ਅਤੇ ਰਵੀਨਾ ਟੰਡਨ, ਸਾਰੇ ਪਾਸੇ ਵੀਡੀਓ ਸ਼ੇਅਰ ਹੋ ਰਹੀ ਹੈ ਕਿ ਕਿੱਦਾਂ ਉਹਨਾਂ ਤਿੰਨ ਔਰਤਾਂ ਨੇ ਯਿਸੂ ਮਸੀਹ ਦਾ ਜਿਹੜਾ ਪਵਿੱਤਰ ਸ਼ਬਦ ਹੈ ਬਾਈਬਲ ਦਾ, ਪਵਿੱਤਰ ਕਲਾਮ ਦਾ ਇੱਕ ਲਫ਼ਜ਼ ਜਿਹੜਾ ਮਸੀਹੀਆਂ ਦਾ ਹਾਰਟ ਹੈ, ਹਾਲੇਲੂਯਾ ਦਾ ਸ਼ਬਦ ਜਿਹਦਾ ਮਤਲਬ ਹੈ ਪ੍ਰੇਜ਼ ਗੋਡ, ਪਰਮੇਸ਼ੁਰ ਤੇਰੀ ਤਾਰੀਫ ਹੋਵੇ, ਯਾਹ ਦੀ ਸਤੁਤੀ ਹੋਵੇ, ਯਹੋਵਾ ਦੀ ਸਤੁਤੀ ਹੋਵੇ, ਉਹ ਇੰਨਾ ਪਵਿੱਤਰ ਸ਼ਬਦ ਹੈ ਬਾਈਬਲ ਦੇ ਅੰਦਰ ਲਿਖਿਆ ਕਿ ਸਵਰਗ ਦੇ ਵਿੱਚ ਸਵਰਗ ਦੂਤ ਵੀ ਹਾਲੇਲੂਯਾ ਹਾਲੇਲੂਯਾ ਕਹਿ ਕੇ ਪਰਮੇਸ਼ੁਰ ਦੀ ਆਰਾਧਨਾ ਕਰਦੇ ਆ। ਪਰ ਇਹਨਾਂ ਔਰਤਾਂ ਨੇ ਕੋਈ ਸਮਝਦਾਰੀ ਦੀ ਗੱਲ ਨਹੀਂ ਦਿਖਾਈ, ਬੜੀ ਵੱਡੀ ਬੇਵਕੂਫੀ ਵਾਲੀ ਗੱਲ ਇਹਨਾਂ ਨੇ ਕੀਤੀ ਹੈ। ਇਹਨਾਂ ਦਾ ਜੀਵਨ ਪਹਿਲਾਂ ਵੀ ਇੱਕ ਕਮੇਡੀਅਨ ਦਾ ਜੀਵਨ ਤੁਸੀਂ ਜਾਣਦੇ, ਬੜੇ ਭੱਦੇ ਮਜ਼ਾਕ ਆਪਣੇ ਪ੍ਰੋਗਰਾਮਾਂ 'ਚ ਕਰਦੇ ਆ ਲੋਕ, ਪਰ ਬੜੀ ਠੇਸ ਲੱਗਣ ਵਾਲੀ ਗੱਲ ਇਹਨਾਂ ਨੇ ਕੀਤੀ, ਜਿਹਦੇ ਨਾਲ ਮਸੀਹੀ ਸਮਾਜ ਨੂੰ ਬੜਾ ਵੱਡਾ ਦੁੱਖ ਲੱਗਾ। ਅਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵਾਂ, ਯਬੇਸ ਨੇ ਜਿੱਦਾਂ ਦੱਸਿਆ, ਇਹਨਾਂ ਨੂੰ ਲੋੜ ਹੈ ਤਿੰਨਾਂ ਨੂੰ ਰੱਬ ਕੋਲੋਂ ਮਾਫ਼ੀ ਮੰਗਣ, ਤੋਬਾ ਕਰਨ, ਕਿਉਂਕਿ ਇਹਨਾਂ ਨੇ ਇਸ ਪ੍ਰੋਗਰਾਮ ਦੇ ਦੁਆਰਾ ਥੋੜ੍ਹੇ ਜਿਹੇ ਪੈਸੇ ਤਾਂ ਕਮਾ ਲੈਣਗੇ, ਪਰ ਸੁੱਖ ਇਹਨਾਂ ਦੇ ਜੀਵਨ 'ਚ ਨਹੀਂ ਆਉਣਾ। ਇੱਦਾਂ ਨਾ ਹੋਵੇ ਕਿ ਇਹ ਇੱਕ ਬੜਾ ਵੱਡਾ ਕੋਈ ਸ਼ਰਾਪ ਇਹਨਾਂ ਦੇ ਉੱਪਰ ਜਾਂ ਇਹਨਾਂ ਦੇ ਪੀੜ੍ਹੀਆਂ ਦੇ ਉੱਪਰ ਇਸ ਬੇਅਦਬੀ ਦੇ ਕਰਕੇ ਉੱਤਰ ਆਏ, ਕਿਉਂਕਿ ਬੇਅਦਬੀ ਕਿਸੇ ਇਨਸਾਨ ਦੀ ਨਹੀਂ ਕੀਤੀ, ਬੇਅਦਬੀ ਜ਼ਿੰਦੇ ਅਤੇ ਪਾਕ ਖੁਦਾ ਦੀ ਕੀਤੀ ਗਈ ਆ। ਅਤੇ ਇਸ ਬੇਅਦਬੀ ਦੇ ਕਰਕੇ ਇਹ ਫਾਇਦੇ ਵਿੱਚ ਨਹੀਂ ਰਹਿਣਗੇ, ਸੁੱਖ 'ਚ ਨਹੀਂ ਰਹਿਣਗੇ, ਬਲਕਿ ਬਹੁਤ ਵੱਡਾ ਇਹਨਾਂ ਨੇ ਪਰਮੇਸ਼ੁਰ ਦਾ ਕ੍ਰੋਧ ਆਪਣੇ ਵੱਲ ਆਕਰਸ਼ਿਤ ਕੀਤਾ। ਅਤੇ ਆਪਾਂ ਇਹਨਾਂ ਭੈਣਾਂ ਨੂੰ ਸਪੈਸ਼ਲ ਇਹ ਅਪੀਲ ਕਰਦੇ ਹਾਂ ਕਿ ਖੁਦਾ ਸਾਡਾ ਦਿਆਲੂ ਪਰਮੇਸ਼ੁਰ ਹੈ, ਉਹਦੇ ਕੋਲੋਂ ਮਾਫ਼ੀ ਮੰਗੋ, ਤੋਬਾ ਕਰੋ। ਯਿਸੂ ਦਿਆਲੂ ਆ, ਬਾਈਬਲ 'ਚ ਲਿਖਿਆ ਜਿਹੜਾ ਕੋਈ ਆਪਣੇ ਗੁਨਾਹ ਨੂੰ ਮੰਨ ਲਏਗਾ ਅਤੇ ਉਹਨੂੰ ਮੰਨ ਲਏਗਾ, ਉਹਨੂੰ ਛੱਡ ਦੇਵੇਗਾ, ਉਹਦੇ ਉੱਪਰ ਦਇਆ ਕੀਤੀ ਜਾਏਗੀ, ਪਰ ਜਿਹੜਾ ਲੁਕਾ ਕੇ ਰੱਖੇਗਾ ਉਹ ਕਦੇ ਵੀ ਸਫਲ ਨਹੀਂ ਹੋ ਸਕਦਾ। ਜੇ ਤੁਸੀਂ ਮਾਫ਼ੀ ਮੰਗੋਗੇ ਸੱਚੇ ਮਨ ਦੇ ਨਾਲ, ਮੈਂ ਕਹਿਣਾ ਚਾਹੁੰਦਾ ਇਹਨਾਂ ਨੂੰ, ਭਾਰਤੀ ਸਿੰਘ ਜੇ ਮੇਰੀ ਆਵਾਜ਼ ਨੂੰ ਸੁਣਦੀ ਹੋਵੇ, ਯਬੇਸ ਨੂੰ ਸੁਣਦੀ ਹੋਵੇ, ਰਵੀਨਾ ਟੰਡਨ ਅਤੇ ਫਰਾ ਖਾਨ ਨੂੰ ਪਤਾ ਸਾਰਾ, ਤੁਸੀਂ ਗੌਰ ਨਾਲ ਉਹ ਕਲਿੱਪ ਦੇਖੋ, ਉਹ ਕਹਿੰਦੀ ਇਹ ਬਾਈਬਲ ਦਾ ਲਫ਼ਜ਼ ਹੈ ਜਿਹਦਾ ਮਤਲਬ ਹੈ ਪ੍ਰੇਜ਼ ਦ ਲੋਰਡ, ਪ੍ਰਭੂ ਤੇਰੀ ਤਾਰੀਫ ਹੋਵੇ। ਅਤੇ ਇਹ ਸਭ ਕੁਝ ਸੋਚੀ ਸਮਝੀ ਸਾਜਿਸ਼ ਦੇ ਮੁਤਾਬਕ ਕੀਤਾ ਗਿਆ। ਪਰਮੇਸ਼ੁਰ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਹੈ, ਪਰਮੇਸ਼ੁਰ ਮਹਾਨ ਹੈ, ਉਹਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ। ਮਨੁੱਖ ਕਦੇ ਵੀ ਪਰਮੇਸ਼ੁਰ ਕੋਲੋਂ ਜਿੱਤ ਨਹੀਂ ਸਕਦਾ। ਜੇ ਤੁਸੀਂ ਸੋਚੋ ਕਿ ਇਹਦੇ ਨਾਲ ਪਰਮੇਸ਼ੁਰ ਦੀ ਇਮਜ ਖਰਾਬ ਹੋਏਗੀ, ਪਰਮੇਸ਼ੁਰ ਦੀ ਇਮਜ ਕਦੀ ਵੀ ਨਹੀਂ ਖਰਾਬ ਹੋਈ ਹੈ, ਅਤੇ ਨਾ ਕੋਈ ਇਨਸਾਨ ਉਹਦੀ ਇਮਜ ਨੂੰ ਖਰਾਬ ਕਰ ਸਕਦਾ। ਪਰ ਇਸ ਗੱਲ ਕਰਕੇ ਤੁਸੀਂ ਪਰਮੇਸ਼ੁਰ ਦੇ ਕ੍ਰੋਧ ਨੂੰ ਆਕਰਸ਼ਿਤ ਕੀਤਾ, 2-4, 10,000, 20,000, 1,00,000 ਰੁਪਈਆ ਤਾਂ ਤੁਸੀਂ ਕਮਾ ਲਓਗੇ, ਪਰ ਪਰਮੇਸ਼ੁਰ ਦਾ ਕ੍ਰੋਧ ਜਿਹੜਾ ਤੁਹਾਡੇ ਉੱਪਰ ਭੜਕੇਗਾ, ਤੁਸੀਂ ਤੁਹਾਡੀਆਂ ਪੀੜ੍ਹੀਆਂ ਉਹਨਾਂ ਨੂੰ ਬਰਦਾਸ਼ਤ ਨਹੀਂ ਕਰ ਪਾਣਗੀਆਂ। ਇਸ ਲਈ ਭੈਣੋ, ਤੋਬਾ ਕਰੋ ਯਿਸੂ ਦੇ ਅੱਗੇ, ਮਾਫ਼ੀ ਮੰਗੋ, ਉਹ ਦਿਆਲੂ ਪਰਮੇਸ਼ੁਰ ਹੈ, ਜ਼ਰੂਰ ਮਾਫ਼ ਕਰ ਦੇਵੇਗਾ, ਜ਼ਰੂਰ ਮਾਫ਼ ਕਰੇਗਾ। ਅਤੇ ਨਾਲ ਨਾਲ ਜਿਨ੍ਹਾਂ ਨੇ ਉਹ ਜਿਹੜੇ ਬੈਠੇ ਸੀ ਪ੍ਰੋਗਰਾਮ 'ਚ, ਮੈਂ ਅਤੇ ਯਬੇਸ ਨੇ ਵੀਡੀਓ ਦੇਖੀ, ਜਿਹੜੇ ਬੈਠੇ ਸੀ ਉਹ ਤਾਲੀਆਂ ਮਾਰ ਰਹੇ ਆ, ਉਹ ਹੱਸ ਰਹੇ ਆ, ਉਹਨਾਂ ਨੂੰ ਪਤਾ ਹੈ ਬਾਈਬਲ ਦਾ ਲਫ਼ਜ਼ ਆ। ਜੇ ਕਿਸੇ ਹੋਰ ਰਿਲੀਜਨ ਦੇ ਨਾਲ, ਕਿਤੇ ਹੋਰ ਲੋਕਾਂ ਦੇ ਨਾਲ ਕਿਤੇ ਘਟਨਾ ਹੁੰਦੀ, ਤੁਹਾਨੂੰ ਪਤਾ ਉਹਨਾਂ ਨੇ ਕੀ ਕਰਨਾ ਸੀ, ਹੁਣ ਨੂੰ ਇਹਨਾਂ ਦੇ ਘਰ ਪਹੁੰਚ ਜਾਣਾ ਸੀ। ਭਾਰਤੀ ਸਿੰਘ ਕਿਤੇ ਦੂਰ ਨਹੀਂ ਰਹਿੰਦੀ, ਰਵੀਨਾ ਟੰਡਨ ਹੋਣੀ ਹੈ, ਫਰਾ ਖਾਨ ਧਰਤੀ 'ਤੇ ਰਹਿੰਦੇ ਆ, ਇਹਨਾਂ ਦੇ ਘਰ ਪਹੁੰਚ ਜਾਣਾ ਸੀ। ਇਹ ਜਿਹੜੇ ਕਪਿਲ ਸ਼ਰਮਾ ਹੋਣੀ ਹੈ, ਸਾਰੇ ਇਕੱਠੇ ਸ਼ੋਅ ਕਰਦੇ ਰਹੇ ਆ, ਇਹਨਾਂ ਕੋਲ ਐਡਰੈਸ ਆ, ਫੋਨ ਨੰਬਰ ਆ, ਇਹਨਾਂ ਦੇ ਫੋਨ ਨੰਬਰ ਲੈ ਕੇ ਐਡਰੈਸ ਲੈ ਕੇ ਇਹਨਾਂ ਦੇ ਘਰ ਚੱਲ ਜਾਣਾ ਸੀ, ਅਤੇ ਘਰ ਇਹਨਾਂ ਦੇ ਬੂਹੇ ਦੇ ਅੱਗੇ ਜਦੋਂ ਹਾਲੇਲੂਯਾ ਦੇ ਨਾਅਰੇ ਲਾਉਣੇ ਸੀ, ਜਾਂ ਇਹਨਾਂ ਦੇ ਟੱਬਰ ਨੂੰ ਜਦੋਂ ਹਾਲੇਲੂਯਾ ਦੇ ਨਾਅਰੇ ਲਵਾਉਣੇ ਸੀ, ਜਾਂ ਜਦੋਂ ਇਹਨਾਂ ਦੇ
ਖਾਨਦਾਨ ਦੇ ਅੰਦਰ ਇਹ ਗੱਲ ਗੂੰਜ ਜਾਣੀ ਸੀ ਕਿ ਯਾਰ ਇਹ ਗਲਤ ਹੋ ਗਿਆ, ਫਿਰ ਇਹਨਾਂ ਨੂੰ ਅਕਲ ਆਉਣੀ ਸੀ। ਇਹ ਬੜੀ ਘਨੌਣੀ ਹਰਕਤ ਕੀਤੀ ਗਈ ਹੈ, ਬਹੁਤ ਜ਼ਿਆਦਾ ਘਨੌਣੀ ਹਰਕਤ ਕੀਤੀ ਗਈ ਹੈ। ਸੋ ਮੈਂ ਅਪੀਲ ਕਰਦਾ ਪੂਰੇ ਮਸੀਹੀ ਸਮਾਜ ਨੂੰ, ਇਸ ਪੂਰੀ ਦੁਨੀਆ ਦੇ ਅੰਦਰ, ਤੁਹਾਨੂੰ ਪਤਾ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਰਹਿਣ ਵਾਲੇ ਲੋਕ ਹੋ, ਇਕੱਲਾ ਪੰਜਾਬ ਜਾਂ ਇੰਡੀਆ 'ਚ ਨਹੀਂ, ਪੂਰੇ ਵਰਲਡ 'ਤੇ, ਕਨੇਡਾ ਤੋਂ, ਇੰਗਲੈਂਡ ਤੋਂ, ਅਮੈਰੀਕਾ ਤੋਂ, ਹਰ ਦੇਸ਼ ਤੋਂ ਲੋਕ ਜਿਹੜੇ ਮਸੀਹੀ ਸਮਾਜ ਦੇ ਆ, ਇਸ ਘਨੌਣੇ ਕੰਮ ਦੀ ਨਿੰਦਾ ਕਰਦੇ ਪਏ ਆ। ਆਪਾਂ ਵੀ ਇਸ ਘਨੌਣੇ ਕੰਮ ਦੀ ਨਿੰਦਾ ਕਰਦੇ ਹਾਂ ਅਤੇ ਇਹਨਾਂ ਭੈਣਾਂ ਨੂੰ ਅਪੀਲ ਕਰਦੇ ਹਾਂ, ਤੋਬਾ ਕਰੋ, ਲਿਖਤੀ ਰੂਪ 'ਚ ਨਹੀਂ, ਜਿੱਦਾਂ ਵੀਡੀਓ ਬਣਾ ਕੇ, ਜਿੱਦਾਂ ਪ੍ਰੋਗਰਾਮ ਚਲਾਇਆ, ਇੱਦਾਂ ਹੀ ਵੀਡੀਓ ਤੁਹਾਡੀ ਪਹੁੰਚੇ, ਜਿਹਦੇ ਵਿੱਚ ਤੁਸੀਂ ਕੰਨਾਂ ਨੂੰ ਹੱਥ ਲਾ ਕੇ ਕਹੋ ਕਿ ਸਾਡੇ ਕੋਲੋਂ ਗਲਤੀ ਹੋ ਗਈ ਹੈ, ਬੇਵਕੂਫੀ ਹੋ ਗਈ ਹੈ, ਦੁਬਾਰਾ ਆਪਾਂ ਇੱਦਾਂ ਨਹੀਂ ਕਰਾਂਗੇ, ਅਤੇ ਰੱਬ ਜ਼ਰੂਰ ਦਿਆਲੂ ਹੈ, ਉਹ ਤੁਹਾਨੂੰ ਮਾਫ਼ ਕਰੇਗਾ। ਬਾਕੀ ਬਹੁਤ ਸਾਰਾ ਕੰਮ ਪੰਜਾਬ ਦੇ ਅੰਦਰ ਮਸੀਹੀ ਲੀਡਰਾਂ ਨੇ ਕੀਤਾ, ਗੁਰਦਾਸਪੁਰ ਏਰੀਏ ਦੇ ਅੰਦਰ ਬਹੁਤ ਸਾਰੇ ਲੀਡਰ ਆ ਜਿਹੜੇ ਇਸ ਕੰਮ ਨੂੰ ਬੜੇ ਦਲੇਰੀ ਦੇ ਨਾਲ ਕਰ ਰਹੇ ਆ, ਬੜੇ ਲੋਕ ਇਕੱਠੇ ਹੋਏ ਆ, ਅਤੇ ਬੜੇ ਮਸੀਹੀਆਂ ਦੇ ਦਿਲ ਛਿੱਦੇ ਗਏ ਆ ਇਸ ਗੱਲ ਕਰਕੇ। ਆਪਾਂ ਨਿੰਦਾ ਕਰਦੇ ਹਾਂ ਯਾਬੇਸ ਅਤੇ ਮੈਂ ਉਹਦਾ ਪਾਪਾ, ਇਸ ਘਨੌਣੀ ਹਰਕਤ ਦੀ ਨਿੰਦਾ ਕਰਦੇ ਹਾਂ, ਅਤੇ ਤੁਹਾਨੂੰ ਇਹ ਵਾਰਨਿੰਗ ਵੀ ਹੈ ਭੈਣੋ, ਤੋਬਾ ਕਰ ਲਵੋ, ਨਾਲ ਨਾਲ ਇਹ ਸਮਾਚਾਰ ਵੀ ਹੈ, ਯਸੂ ਦਿਆਲੂ ਹੈ, ਨਾਲ ਨਾਲ ਇਹ ਗੱਲ ਵੀ ਹੈ, ਇੱਕ ਇੰਨਾ ਪਵਿੱਤਰ ਜਿਹੜਾ ਧਰਤੀ 'ਤੇ ਸਵਰਗ 'ਤੇ ਬੋਲਿਆ ਜਾਣ ਵਾਲਾ ਸ਼ਬਦ ਹੈ, ਜਿਹੜੇ ਸ਼ਬਦ ਨੂੰ ਬੋਲਣ ਦੇ ਨਾਲ ਬਿਮਾਰ ਚੰਗੇ ਹੋਏ ਆ, ਜਿਹੜੇ ਸ਼ਬਦ ਨੂੰ ਬੋਲਣ ਦੇ ਨਾਲ ਲੋਕਾਂ ਦੇ ਜੀਵਨ ਬਦਲੇ ਆ, ਐਡੇ ਹਾਈਲੀ ਆ। ਤਾਂ ਕਰਕੇ ਮੈਂ ਥੋੜ੍ਹਾ ਸਟੋਪ ਕਰ ਗਿਆ, ਥੋੜ੍ਹੀ ਨੈਟਵਰਕ ਪ੍ਰੋਬਲਮ ਆ ਰਹੀ ਆ, ਹਾਂ ਹੁਣ ਆ ਗਈ ਰੇਂਜ ਵਾਪਸ। ਇਹ ਹਾਲੇਲੂਇਆ ਸ਼ਬਦ ਬੋਲਣ ਦੇ ਨਾਲ ਮੁਰਦੇ ਤੱਕ ਜ਼ਿੰਦਾ ਹੋਏ ਆ, ਜਦੋਂ ਮੁਰਦਿਆਂ ਦੇ ਸਾਹਮਣੇ ਰੱਬ ਦੇ ਲੋਕਾਂ ਨੇ ਹਾਲੇਲੂਇਆ ਬੋਲਿਆ, ਹਾਲੇਲੂਇਆ ਦਾ ਨਾਰਾ ਲਾਇਆ, ਤੇ ਮੁਰਦੇ ਜ਼ਿੰਦਾ ਹੋਏ। ਇਸਰਾਇਲ ਦੇ ਅੰਦਰ ਬਾਈਬਲ ਦੇ ਵਿੱਚ ਲਿਖਿਆ, ਇਸਰਾਇਲੀ ਲੋਕ ਜਦੋਂ ਪਰਮੇਸ਼ਵਰ ਦੇ ਨਾਮ ਦਾ ਨਾਰਾ ਲਾਉਂਦੇ ਸੀ ਨਾ, ਯਰੀਹੋ ਦੀਆਂ ਕੰਧਾਂ ਢਹਿ ਜਾਂਦੀਆਂ ਸੀ। ਇਹ ਸਾਡੇ ਨਾਰੇ ਕੋਈ ਮਾਮੂਲੀ ਨਾਰੇ ਨਹੀਂ ਹੈ, ਸਾਡਾ ਬੋਲਿਆ ਗਿਆ ਹਾਲੇਲੂਇਆ ਧਰਤੀ 'ਤੇ ਅਤੇ ਸਵਰਗ ਦੇ ਅੰਦਰ ਬੜੀ ਹਲਚਲ ਪੈਦਾ ਕਰ ਦਿੰਦਾ, ਸਵਰਗ ਦੂਤ ਖੁਸ਼ ਹੋ ਜਾਂਦੇ ਆ ਅਤੇ ਧਰਤੀ ਦੇ ਲੋਕ ਬਰਕਤ ਪਾਉਂਦੇ ਆ। ਭੈਣੋ ਬੜੀ ਵੱਡੀ ਬੇਵਕੂਫੀ ਕੀਤੀ, ਦਰਸ਼ਕਾਂ ਨੂੰ ਕਹਿਣਾ ਚਾਹੁੰਦਾ, ਜਿਨ੍ਹਾਂ ਨੇ ਖੁਸ਼ੀ ਮਨਾਈ ਹੈ, ਤੋਬਾ ਕਰ ਲਓ, ਕਿਤੇ ਇੱਦਾਂ ਨਾ ਹੋਵੇ ਤੁਹਾਡੀ ਖੁਸ਼ੀ ਇੱਕ ਬੜੇ ਵੱਡੇ ਵਿਰਲਾਪ ਦੇ ਅੰਦਰ ਚੇਂਜ ਹੋ ਜਾਏ। ਇਹ 'ਚ ਰੱਬ ਨੂੰ ਕੋਈ ਫਰਕ ਨਹੀਂ ਪੈਣਾ, ਪਰ ਤੁਸੀਂ ਉਹਦੇ ਕ੍ਰੋਧ ਨੂੰ ਭੜਕਾਇਆ, ਇਹ ਬੜੀ ਰੋਂਗ ਗੱਲ ਹੈ, ਤੁਸੀਂ ਉਹਦੇ ਕ੍ਰੋਧ ਨੂੰ ਭੜਕਾਇਆ। ਤੁਸੀਂ ਕਿਸੇ ਮਨੁੱਖ ਨਾਲ ਨਹੀਂ ਪੰਗਾ ਲਿਆ, ਕਿਸੇ ਇਨਸਾਨ ਨਾਲ ਲਿਆ ਹੁੰਦਾ ਤੇ ਇਨਸਾਨਾਂ ਨੇ ਮਾਫ਼ ਕਰ ਦੇਣਾ ਸੀ ਯਾਰ, ਕੋਈ ਗੱਲ ਨਹੀਂ, ਪਰ ਪਰਮੇਸ਼ਵਰ ਨਾਲ ਪੰਗਾ ਲਿਆ, ਤੇ ਕੌਣ ਹੈ ਜਿਹੜਾ ਪਰਮੇਸ਼ਵਰ ਦੇ ਸਾਹਮਣੇ ਠਹਿਰ ਸਕੇ। ਸੋ ਜ਼ਰੂਰ ਤੋਬਾ ਕਰੋ ਭੈਣੋ, ਜਿਨ੍ਹਾਂ ਨੇ ਉਹ ਵੀਡੀਓ ਦੇਖੀ ਹੈ ਅਤੇ ਖੁਸ਼ੀ ਮਨਾਈ ਹੈ, ਜਿਹੜੇ ਉਸ ਪ੍ਰੋਗਰਾਮ 'ਚ ਬੈਠੇ ਆ, ਉਹਨਾਂ ਨੂੰ ਲੋੜ ਹੈ ਤੋਬਾ ਕਰਨ ਦੀ। ਜਿਨ੍ਹਾਂ ਨੇ ਲਿਖਿਆ, ਇਹ ਲਿਖੀ ਗਈ ਹੈ, ਇਹ ਸਾਰਾ ਪ੍ਰੋਗਰਾਮ ਲਿਖਿਆ ਗਿਆ, ਜਿਨ੍ਹਾਂ ਨੇ ਪਾਸ ਕੀਤਾ, ਤੋਬਾ ਕਰੋ, ਚੈਨਲ ਵਾਲਿਆਂ ਨੂੰ ਤੋਬਾ ਕਰਨ ਦੀ ਲੋੜ ਆ। ਪਰਮੇਸ਼ਵਰ ਨਾਲ ਪੰਗਾ ਲੈ ਰਹੇ ਹੋ, ਮਨੁੱਖਾਂ ਨਾਲ ਨਹੀਂ ਆ, ਮਨੁੱਖ ਕੌਣ ਆ, ਤੁਸੀਂ ਪਰਮੇਸ਼ਵਰ ਨਾਲ ਪੰਗਾ ਲੈ ਰਹੇ ਹੋ। ਸੋ ਸਭ ਮਸੀਹੀ ਸਮਾਜ ਦੇ ਨਾਲ ਆਪਾਂ ਦੁਖੀ ਹਾਂ ਇਸ ਗੱਲ ਤੋਂ, ਕਿਉਂਕਿ ਸਾਡੇ ਪਰਮੇਸ਼ਵਰ ਦਾ ਉਹ ਜਿਹੜਾ ਪਵਿੱਤਰ ਕਲਾਮ ਹੈ ਅਤੇ ਉਹ ਸ਼ਬਦ, ਤੁਹਾਨੂੰ ਪਤਾ ਜੀਸਸ ਨਾਮ ਹੈ, ਜੀਸਸ ਨਾਮ ਇੰਗਲਿਸ਼ 'ਚ ਜੀਸਸ ਕਹਿੰਦੇ ਆ, ਪੰਜਾਬੀ 'ਚ ਯੱਸੂ ਕਹਿੰਦੇ ਆ, ਹਿੰਦੀ 'ਚ ਯਿਸ਼ੂ ਕਹਿੰਦੇ ਆ, ਅਲੱਗ ਅਲੱਗ ਭਾਸ਼ਾਵਾਂ ਦੇ ਵਿੱਚ ਉਹ ਨਾਮ ਦਾ ਉਹ ਭਾਸ਼ਾ ਦੇ ਮੁਤਾਬਕ ਬੋਲਿਆ ਜਾਂਦਾ ਉਹ ਨਾਮ, ਪਰ ਹਾਲੇਲੂਇਆ ਇਕਲੌਤਾ ਐਸਾ ਨਾਮ ਹੈ, ਇਕਲੌਤਾ ਐਸਾ ਸ਼ਬਦ ਹੈ, ਭਾਸ਼ਾ ਕੋਈ ਵੀ ਹੋਵੇ ਹਾਲੇਲੂਇਆ ਹੀ ਬੋਲਿਆ ਜਾਂਦਾ, ਉਹ ਭਾਵੇਂ ਇਸਰਾਇਲ ਦੀ ਭਾਸ਼ਾ ਹੋਵੇ, ਭਾਵੇਂ ਪੰਜਾਬੀ ਭਾਸ਼ਾ ਹੋਵੇ, ਭਾਵੇਂ ਇੰਗਲਿਸ਼ ਭਾਸ਼ਾ ਹੋਵੇ, ਭਾਵੇਂ ਤਮਿਲ, ਤੇਲਗੂ, ਗੁਜਰਾਤੀ, ਮਰਾਠੀ, ਕੋਈ ਵੀ ਭਾਸ਼ਾ ਕਿਉਂ ਨਾ ਹੋਵੇ, ਹਾਲੇਲੂਇਆ ਹੀ ਬੋਲਿਆ ਜਾਂਦਾ। ਜੀਸਸ ਤੱਕ ਦਾ ਨਾਮ ਜਿਹੜਾ ਜੀਸਸ, ਯੱਸੂ, ਯਸ਼ੂਆ, ਉਹ ਚੇਂਜ ਹੁੰਦਾ ਭਾਸ਼ਾ ਦੇ ਅਕੋਰਡਿੰਗ, ਪਰ ਹਾਲੇਲੂਇਆ ਇੱਕ ਬੜਾ ਪਵਿੱਤਰ ਸ਼ਬਦ ਆ। ਮੈਂ ਸੁਣਨ ਵਾਲੇ, ਇਹ ਵੀਡੀਓ ਦੇਖਣ ਵਾਲੇ ਸ਼ੋਤਿਆਂ ਨੂੰ ਕਹਿਣਾ ਚਾਹੁੰਦਾ, ਉਹਨਾਂ ਭੈਣਾਂ ਲਈ ਦੁਆ ਕਰੋ, ਜਿਹੜੇ ਖੁਸ਼, ਜਿਨ੍ਹਾਂ ਨੂੰ ਲੱਗਾ ਕਿ ਸ਼ਾਇਦ ਉਹਨਾਂ ਨੇ ਪਤਾ ਨਹੀਂ ਮਸੀਹੀਆਂ ਨੂੰ ਪਰੇਸ਼ਾਨ ਕੀਤਾ ਜਾਂ ਉਹਨਾਂ ਨੂੰ ਬੜੀ ਖੁਸ਼ੀ ਮਿਲੀ, ਮਸੀਹੀ ਲੋਕ ਦਲੇਰ ਆ, ਇੱਕ ਸੂਰਮੇ ਲੋਕ ਆ, ਉਹ ਸੂਰਮੇ ਆ, ਉਹਨਾਂ ਦਾ ਭਰੋਸਾ ਪਰਮੇਸ਼ਵਰ ਦੇ ਉੱਪਰ ਹੈ, ਬੰਦਿਆਂ 'ਤੇ ਭਰੋਸਾ ਨਹੀਂ ਹੈ। ਸਗੋਂ ਮਸੀਹੀ ਇੱਕ ਪਾਸੇ ਦੁਖੀ ਹੋਏ ਤਾਂ ਦੂਸਰੇ ਪਾਸੇ ਉਹਨਾਂ ਨੂੰ ਤਰਸ ਆਇਆ ਤੁਹਾਡੇ ਉੱਪਰ, ਕਿਤੇ ਤੁਹਾਡੀ ਇਹ ਬੇਵਕੂਫੀ ਤੁਹਾਡੇ ਖਾਨਦਾਨ ਦੇ ਲਈ ਇੱਕ ਬੜਾ ਵੱਡਾ ਨੁਕਸਾਨ ਨਾ ਬਣ ਕੇ ਰਹਿ ਜਾਏ।
ਸਾਡਾ ਦੁਖੀ ਹੋਣ ਦੇ ਕਰਕੇ ਖੁਸ਼ ਹੋਣ ਦੀ ਲੋੜ ਨਹੀਂ ਹੈ, ਸਗੋਂ ਸਾਨੂੰ ਤਰਸ ਹੈ ਤੁਹਾਡੇ ਉੱਪਰ ਕਿ ਤੁਸੀਂ ਕਿਤੇ ਤੁਹਾਡੀ ਇਹ ਬੇਵਕੂਫੀ ਤੁਹਾਡੀਆਂ ਪੀੜ੍ਹੀਆਂ ਲਈ, ਤੁਹਾਡੇ ਖਾਨਦਾਨ ਦੇ ਲਈ ਕਿਤੇ ਇੱਕ ਬੜਾ ਵੱਡਾ ਨੁਕਸਾਨ ਨਾ ਬਣ ਕੇ ਬਹਿ ਜਾਏ। ਸੋ ਤੋਬਾ ਕਰੋ, ਲਿਖਤੀ ਰੂਪ 'ਚ ਨਹੀਂ ਵੀਡੀਓ ਪਾਓ ਮੰਗੋ, ਤਾਂ ਕਿਤੇ ਜਾ ਕੇ ਪਰਮੇਸ਼ੁਰ ਤੁਹਾਡੇ 'ਤੇ ਦਇਆ ਕਰੇ। ਪਰਮੇਸ਼ੁਰ ਮਾਫ਼ ਕਰਦੇ ਹਾਂ, ਪਰ ਅਜੇ ਵੀ ਟਾਈਮ ਹੈ, ਤੋਬਾ ਕਰ ਲਵੋ। ਖੁਦਾ ਤੁਹਾਨੂੰ ਬੜੀ 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 ਬਰਕਤ ਦੇਵੇ। ਸਭ ਭੈਣਾਂ ਭਰਾਵਾਂ ਨੂੰ ਜੈ ਮਸੀਹ ਦੀ। ਵਿਸ਼ਵਾਸ 'ਚ ਵਧੋ, ਪ੍ਰੇਅਰ 'ਚ ਵਧੋ, ਇੱਕ ਮਨ ਹੋਵੋ ਜਿੱਥੇ ਜਿੱਥੇ ਵੀ ਵਿਸ਼ਵਾਸੀ ਰਹਿੰਦੇ ਹੋ, ਇੱਕ ਮਨ ਹੋਵੋ। ਇਹ ਟਾਈਮ ਹੈ ਐਕਚੁਅਲੀ 'ਚ, ਮੈਂ ਜਦੋਂ ਜਦੋਂ ਦੇਖਿਆ, ਬਾਈਬਲ ਵੀ ਆਪਾਂ ਦੇਖਦੇ ਹਾਂ, ਜਦੋਂ ਜਦੋਂ ਇੱਦਾਂ ਦੀਆਂ ਘਟਨਾਵਾਂ ਕੁਝ ਵਾਪਰਦੀਆਂ ਨਾ, ਸਾਡੀ ਸਪਿਰਚੁਅਲ ਤਰੱਕੀ ਹੁੰਦੀ ਆ। ਬਾਈਬਲ 'ਚ ਰਸੂਲਾਂ ਦੇ ਕਰਤੱਬ ਦੇ ਅੰਦਰ ਲਿਖਿਆ ਕਿ ਜਦੋਂ ਉਹਨਾਂ ਦੇ ਉੱਪਰ ਸਤਾਵ ਆਇਆ, ਉਹ ਤਰੱਕੀ ਹੋਈ, ਬੜੀ ਉਹਨਾਂ ਨੇ ਬਲੈਸਿੰਗ ਪਾਈ, ਲੋਕ ਵਧੇ ਗਏ, ਦੁਆ ਦੇ ਵਿੱਚ ਲੋਕ ਵਧੇ। ਸੋ ਗੋਡ ਬਲੈਸ ਯੂ, ਪਰਮੇਸ਼ੁਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ। ਗੋਡ ਬਲੈਸ ਯੂ, ਬਾਏ ਬਾਏ।